ਇਹਨੇ ਲੁਧਿਆਣਾ ਦਾ ਨਜ਼ਾਰਾ ਤੁਸੀਂ ਦੇਖ ਸਕਦੇ ਹੋ। ਸ੍ਰੀ ਨਰਿੰਦਰ ਮੋਦੀ ਵੱਲੋਂ ਅੱਜ ਕੈਂਡਲ ਔਰ ਦੀਵੇ ਦਾ ਪ੍ਰੋਗਰਾਮ ਰੱਖਿਆ ਗਿਆ ਸੀਗਾ 9:09 ਤੱਕ। ਤੁਸੀਂ ਦੇਖ ਸਕਦੇ ਹੋ ਲੋਕ ਤਾਂ ਕੈਂਡਲ ਦੀਵੇ ਜਲਾ ਰਹੇ ਨੇ, ਨਾਲ ਹੀ ਪਟਾਕਿਆਂ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਫਿਲਹਾਲ ਤੁਸੀਂ ਦੇਖ ਸਕਦੇ ਹੋ ਇਹ ਨਜ਼ਾਰਾ ਲੁਧਿਆਣੇ ਦਾ। ਲੋਕਾਂ ਵੱਲੋਂ ਕੈਂਡਲ ਔਰ ਫਲੈਸ਼ ਲਾਈਟ ਔਰ ਦੀਵੇ ਜਲਾਏ ਗਏ ਨੇ, ਨਾਲ ਹੀ ਬੜੇ ਸ਼ੋਰਾਂ ਸ਼ੋਰਾਂ ਦੇ ਨਾਲ ਪਟਾਕੇ ਵੀ ਚਲਾਏ ਜਾ ਰਹੇ ਨੇ। ਆਹ ਤੁਸੀਂ ਦੇਖ ਸਕਦੇ ਹੋ ਆਹ ਹੁਣੇ ਆਹ ਇਹ ਨਜ਼ਾਰਾ ਲੁਧਿਆਣੇ ਦਾ ਹੈ। ਹਾਲਾਂਕਿ ਇਹ ਕਿਹਾ ਨਹੀਂ ਸੀਗੇ ਵੀ ਤੁਸੀਂ ਪਟਾਕੇ ਚਲਾਓ, ਤੁਸੀਂ ਦੇਖ ਸਕਦੇ ਹੋ ਇਹਦੇ ਸਾਹਮਣੇ ਬਿਲਕੁਲ ਸਾਹਮਣੇ ਘਰ ਤੋਂ ਹੀ ਪਟਾਕੇ ਚੱਲ ਰਹੇ ਨੇ ਯਾਰ। ਇਹ ਤਸਵੀਰਾਂ ਲੁਧਿਆਣੇ ਦੀਆਂ ਨੇ, ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਸ੍ਰੀ ਨਰਿੰਦਰ ਮੋਦੀ ਵੱਲੋਂ, ਪ੍ਰਧਾਨ ਮੰਤਰੀ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਗਿਆ ਸੀਗਾ 9 ਵਜੇ ਦਾ, 9 ਮਿੰਟ ਤੱਕ ਇੱਕ ਛੱਤ ਅਤੇ ਘਰ ਦੇ ਦੀਵੇ ਅਤੇ ਕੈਂਡਲਸ ਅਤੇ ਮੋਬਾਈਲ ਦੀ ਫਲੈਸ਼ ਲਾਈਟ ਜਲਾਉਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਲੋਕਾਂ ਵੱਲੋਂ ਪੂਰਾ ਹੰਗਾਰਾ ਮਿਲ ਰਿਹਾ, ਬਟ ਨਾਲ ਦੇ ਨਾਲ ਹੀ ਪਟਾਕੇ ਬੜੇ ਜ਼ੋਰਾਂ ਸ਼ੋਰਾਂ ਦੇ ਦੇਖੋ ਤੁਸੀਂ ਸਾਹਮਣੇ ਤੁਸੀਂ ਦੇਖ ਸਕਦੇ ਹੋ। ਅਸੀਂ ਸਿੱਧਾ ਲਾਈਵ ਲੈ ਕੇ ਜੀਜੇ ਸਟੂਡੇ ਦੀ ਟੀਮ ਤੁਹਾਨੂੰ ਹਰ ਪਲ ਦੀ ਤਸਵੀਰ ਤੁਹਾਨੂੰ ਕੈਮਰੇ ਵਿੱਚ ਕੈਦ ਕੀਤੀ ਗਈ ਹੈ, ਤੁਸੀਂ ਦੇਖ ਸਕਦੇ ਹੋ। ਤੁਸੀਂ ਦੇਖ ਸਕਦੇ ਹੋ ਲੋਕਾਂ ਵੱਲੋਂ ਭਰਮਾ ਹੰਗਾਰਾ। ਨਰਿੰਦਰ ਮੋਦੀ ਜੀ ਨੂੰ ਅੱਜ ਪ੍ਰੋਗਰਾਮ ਰੱਖਿਆ ਗਿਆ ਸੀਗਾ 9:09 'ਤੇ, ਘਰ ਦੇ ਵਿੱਚ ਹੀ ਆਪਦੇ ਛੱਤ ਦੇ ਬਾਹਰ ਖੁੱਲ੍ਹੀ ਦੇ ਵਿੱਚ ਆਪਣੇ ਗੇਟ ਦੇ ਬਾਹਰ ਤੁਸੀਂ ਦੀਵੇ ਜਲਾਉਣੇ ਹੈ, ਕੈਂਡਲਸ ਔਰ ਮੋਬਾਈਲ ਸਿੱਧਾ ਲਾਈਵ ਤਸਵੀਰਾਂ ਤੁਹਾਡੇ ਸਾਹਮਣੇ ਜੀਜੀ ਸਟੂਡੇ ਲੈ ਕੇ ਹਾਜ਼ਰ ਹੈ। ਤੁਸੀਂ ਦੇਖ ਸਕਦੇ ਹੋ ਭਰਵਾਂ ਹੰਗਾਰਾ ਮਿਲਿਆ ਇਸ ਪ੍ਰੋਗਰਾਮ ਨੂੰ, ਬਟ ਨਾਲ ਦੇ ਨਾਲ ਹੀ ਲੋਕਾਂ ਵੱਲੋਂ ਪਟਾਕੇ ਚਲਾਏ ਜਾ ਰਹੇ ਨੇ, ਤੁਸੀਂ ਦੇਖ ਸਕਦੇ ਹੋ।